ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਇੱਕ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਇਹ ਆਖਿਆ ਹੈ ਕਿ ਉਹਨਾਂ ਦੀ ਸਿਹਤ ਬਾਰੇ ਅਫਵਾਹਾਂ ਉੱਡ ਰਹੀਆਂ ਨੇ ਤੇ ਉਹਨਾਂ ਲਿਖਿਆ ਹੈ ਕਿ ਉਹ ਤੀਵਰ ਗੈਸਟਰੋ ਐਂਟੀਰਾਇਟਸ ਤੋਂ ਉੱਭਰ ਰਹੇ ਨੇ ਤੇ ਠੀਕ ਹੋ ਰਹੇ ਨੇ ਤੇ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਨੇ ਵੀ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਮੈਂ ਆਪਣੀ ਤਰਫੋਂ ਆਪਣੇ ਪਰਿਵਾਰ ਦੀ ਤਰਫੋਂ ਪਟਿਆਲੇ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਤਹਿ ਦਿਲੋਂ। ਦੂਜਾ ਮੈਨੂੰ ਸੁਣਨ 'ਚ ਆਇਆ ਉਰੇ ਅਫਵਾਹਾਂ ਫੈਲਾਉਂਦੇ ਨੇ ਮਹਾਰਾਜ ਸਾਹਿਬ ਦੀ ਤਬੀਅਤ ਦਾ ਬਿਲਕੁਲ ਤੰਦਰੁਸਤ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਗੈਸਟ੍ਰਾਇਟਿਸ ਹੋਇਆ, ਡ੍ਰਿਪ ਲੱਗੀ ਹੋਈ, ਤਾਂ ਹੀ ਨਹੀਂ ਆ ਕੇ ਵੋਟ ਘਟਾ ਸਕੇ, ਨਹੀਂ ਤਾਂ ਬਿਲਕੁਲ ਠੀਕ ਨੇ। ਕਿਸੇ ਚੀਜ਼ ਦੀ ਚਿੰਤਾ ਨਹੀਂ, ਅਫਵਾਹਾਂ ਨੇ ਅਫਵਾਹਾਂ ਹੀ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਿਊਰੋ ਰਿਪੋਰਟ, ਜਗਬਾਣੀ ਟੀਵੀ।